परमिंदर सिंह झोटे वाला मसला एक मैडिकल स्टोर तो शुरू होया जिस तो पहला की कहानी है, पर इस बार जिहड़ा रौला पिया जिस करके पुलिस ने भी परचे दर्ज किए। उन्हां दा कहना सी कि मैडिकल स्टोर वाले दे शित्रां दा हार पाउणा क्यों जरूरी सी, जो नशे वेचदा सी पुलिस नूं क्यों नहीं दस्या गया। ते मसले च वखरा की तुहानूं जापदा कि वाकई मैडिकल स्टोरां दे उत्ते शरेआम विकदे आ नशे? जे असीं नशियां दी गल करिए, कल्ले मानसा की समुचे पंजाब दे विच, समुचे हिंदुस्तान दे विच विश्व पद्धरी जिहड़ी है बहुत वड्डी समाजिक इह लानत है, बहुत वड्डा इह जानी कि एक जिहड़ा माफिया, इसका इंटरनेशनल मार्केट नाल असीं समझदे आ वी इह संबंध है। जल्दी जिहड़ी है ਉਹ ਨੱਥ ਨਹੀਂ ਪਾਈ ਜਾ ਰਹੀ। ਜੇ ਅਸੀਂ ਸਾਰੇ ਕਮਿਸਟਾਂ ਦੀ ਗੱਲ ਕਰੀਏ, ਸਾਰੇ ਕਮਿਸਟ ਇਸ ਤਰ੍ਹਾਂ ਦਾ ਕੰਮ ਨਹੀਂ ਕਰਦੇ। ਕੁਝ ਲੋਕ ਨੇ ਲਾਲਚ ਦੇ ਵਿੱਚ ਆ ਕੇ ਜਿਹੜੇ ਇਸ ਤਰ੍ਹਾਂ ਦਾ ਮਾਨਵਤਾ ਨੂੰ ਖਤਮ ਕਰਨ ਦਾ ਜਿਹੜਾ ਇਹ ਕਾਰਜ ਹੈ ਉਹ ਕਰਦੇ ਆ। ਅੱਜ ਇੱਥੇ ਐਡਾ ਵੱਡਾ ਧਰਨਾ ਲਾਉਣ ਦੀ ਲੋੜ ਤਾਂ ਪਈ ਹੈ, ਜੇ ਪੁਲਿਸ ਪ੍ਰਸ਼ਾਸਨ, ਹੈਲਥ ਡਿਪਾਰਟਮੈਂਟ, ਹੋਰ ਜਿਹੜੀ ਐਡਮਿਨਿਸਟ੍ਰੇਸ਼ਨ ਹੈ, ਜੇਕਰ ਉਹਨਾਂ ਨੇ ਇਸ ਗੱਲ ਨੂੰ ਨੱਥ ਨਹੀਂ ਪਾਈ, ਮਤਲਬ ਤਾਂ ਹੀ ਅੱਜ ਐਡੇ ਵੱਡੇ ਧਰਨੇ, ਐਡੇ ਵੱਡੇ ਲੋਕਾਂ ਦੇ ਇਕੱਠ ਜਿਹੜੇ ਆ ਹੋ ਰਹੇ ਆ। ਕਿ ਜੇਕਰ ਸਰਕਾਰ ਨੇ ਇਸ ਨੂੰ ਸਮਾਂ ਰਹਿੰਦਿਆਂ ਜਿਹੜੀ ਹੈਗੀ ਨੱਥ ਨਾ ਪਾਈ, ਜਿਸ ਤਰ੍ਹਾਂ ਅਕਾਲੀ ਸਰਕਾਰ ਇਹ ਨਸ਼ੇ ਦੇ ਮੁੱਦੇ 'ਤੇ ਗਈ ਔਰ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਜਿਹੜੀ ਨਸ਼ੇ ਦੇ ਮੁੱਦੇ 'ਤੇ ਗਈ, ਅਤੇ ਆਉਣ ਵਾਲੇ ਦਿਨ ਜਿਹੜੇ ਆ ਸਿਆਸੀ ਜਿਹੜਾ ਭਵਿੱਖ ਹੈ ਆਮ ਆਦਮੀ ਪਾਰਟੀ ਦਾ ਵੀ ਬਿਹਤਰ ਨਹੀਂ ਹੋਊਗਾ। ਪਰਮਿੰਦਰ ਸਿੰਘ ਝੋਟੇ ਵਾਲਾ ਮਸਲਾ ਇੱਕ ਮੈਡੀਕਲ ਸਟੋਰ ਤੋਂ ਸ਼ੁਰੂ ਹੋਇਆ ਜਿਸ ਤੋਂ ਪਹਿਲਾਂ ਦੀ ਕਹਾਣੀ ਹੈ, ਪਰ ਇਸ ਵਾਰ ਜਿਹੜਾ ਰੌਲਾ ਪਿਆ ਜਿਸ ਕਰਕੇ ਪੁਲਿਸ ਨੇ ਵੀ ਪਰਚੇ ਦਰਜ ਕੀਤੇ। ਉਹਨਾਂ ਦਾ ਕਹਿਣਾ ਸੀ ਕਿ ਮੈਡੀਕਲ ਸਟੋਰ ਵਾਲੇ ਦੇ ਸ਼ਿਤਰਾਂ ਦਾ ਹਾਰ ਪਾਉਣਾ ਕਿਉਂ ਜ਼ਰੂਰੀ ਸੀ, ਜੇ ਉਹ ਨਸ਼ੇ ਵੇਚਦਾ ਸੀ ਪੁਲਿਸ ਨੂੰ ਕਿਉਂ ਨਹੀਂ ਦੱਸਿਆ ਗਿਆ, ਜੇ ਪੁਲਿਸ ਨੂੰ ਦੱਸਿਆ ਗਿਆ ਤਾਂ ਪੁਲਿਸ ਨੇ ਕਾਰਵਾਈ ਕਿਉਂ ਨਹੀਂ ਕੀਤੀ, ਸਾਰੀਆਂ ਗੱਲਾਂ ਨੇ। ਇਸ ਵਕਤ ਜਿਹੜੇ ਮੈਡੀਕਲ ਨੂੰ ਦੇਖਦੇ ਨੇ, ਇਸੇ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਨੇ ਡਾਕਟਰ ਧੰਨਾਮਾਲ ਗੋਇਲ, ਉਹ ਸਾਡੇ ਨਾਲ ਨੇ। ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਮੈਡੀਕਲ ਸਟੋਰਾਂ ਦੀ ਇੱਥੇ ਭੂਮਿਕਾ ਕੀ ਬਣਦੀ ਹੈ, ਕੀ ਸਾਰੇ ਇੱਕੋ ਨਾਲ ਦੇ ਨੇ ਜਾਂ ਕੁਝ ਬਚੇ ਹੋਏ ਨੇ, ਅਤੇ ਜਿਹੜੇ ਬਦਨਾਮ ਕਰਦੇ ਨੇ ਉਹਨਾਂ ਨੂੰ ਨੱਥ ਕਿਵੇਂ ਪਵੇਗੀ, ਸਾਰੀਆਂ ਗੱਲਾਂ ਕਰਾਂਗੇ। ਡਾਕਟਰ ਸਾਹਿਬ, ਤੁਸੀਂ ਵੈਸੇ ਤਾਂ ਅਹਿਮ ਹੋ ਕੇ ਭੂਮਿਕਾ ਨਿਭਾ ਰਹੇ ਹੋ, ਅੱਗੇ ਆ ਕੇ ਇੱਕ ਪਰਮਿੰਦਰ ਸਿੰਘ ਝੋਟੇ ਨਾਲ ਧੱਕਾ ਹੋਇਆ ਵਧੀਕੀ ਹੋਈ ਹੈ, ਪਰ ਦੂਜੇ ਪਾਸੇ ਮੈਡੀਕਲ ਸਟੋਰਾਂ ਵਾਲਿਆਂ 'ਤੇ ਵੀ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾ ਰਿਹਾ ਕਿ ਜੇ ਅਸ਼ਵਨੀ ਕੁਮਾਰ ਇਸ ਤਰ੍ਹਾਂ ਕਰ ਸਕਦਾ, ਹੋਰ ਪਤਾ ਨਹੀਂ ਕਿੰਨੇ ਕੁ ਹੋਣਗੇ ਪੰਜਾਬ 'ਚ। ਅਸੀਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ, ਜਿਹੜੀ ਪੇਂਡੂ ਡਾਕਟਰਾਂ ਦੀ ਜਥੇਬੰਦੀ ਹੈ, ਜਿਸ ਨੂੰ ਪੰਜਾਬੀ ਦੇ ਵਿੱਚ ਜਾਂ ਪੇਂਡੂ ਭਾਸ਼ਾ ਦੇ ਵਿੱਚ RMPs ਵੀ ਕਿਹਾ ਜਾਂਦਾ, ਉਸ ਜਥੇਬੰਦੀ ਦੇ ਅਸੀਂ ਆਗੂ ਹਾਂ, ਨੁਮਾਇੰਦਗੀ ਕਰਦੇ ਹਾਂ ਪਿਛਲੇ ਲੰਬੇ ਸਮੇਂ ਤੋਂ, ਜਿੱਥੇ ਅਸੀਂ ਆਪਣੀਆਂ ਮੰਗਾਂ, ਮਸਲਿਆਂ, ਆਪਣੀ ਰਜਿਸਟ੍ਰੇਸ਼ਨ, ਆਪਣੀ ਮਾਨਤਾ ਲਈ ਜਿਹੜੀ ਲੜਾਈ ਲੜਦੇ ਹਾਂ, ਉੱਥੇ ਨਾਲੋਂ ਨਾਲ ਸਮਾਜ ਦੇ ਵਿੱਚ ਫੈਲੀਆਂ ਕਰੀਤੀਆਂ, ਚਾਹੇ ਉਹ ਨਸ਼ਿਆਂ ਦੀ ਗੱਲ ਹੈ, ਚਾਹੇ ਭਰੂਣ ਹੱਤਿਆ ਦੀ ਗੱਲ ਹੈ, ਚਾਹੇ ਕਿਤੇ ਵੀ ਹੋ ਰਹੇ ਧੱਕੇ ਧੋੜਿਆਂ ਦੀ ਗੱਲ ਹੈ, ਔਰ ਸਰਕਾਰ ਵੱਲੋਂ ਲੋਕਾਂ ਨਾਲ ਕੀਤੀ ਜਾ ਰਹੀ ਵਧੀਕੀਆਂ ਦੀ ਗੱਲ ਹੈ, ਔਰ ਲੋਕ ਪੱਖੀ ਜਿੰਨੇ ਵੀ ਮਸਲੇ ਨੇ ਅਸੀਂ ਉਹਨਾਂ ਦੇ ਉੱਤੇ ਜਾ ਕੇ ਪਹਿਰਾ ਦਿੰਦੇ ਹਾਂ। ਬੇਸ਼ੱਕ ਕਿਸਾਨ ਅੰਦੋਲਨ ਰਿਹਾ, ਮਜ਼ਦੂਰਾਂ ਦਾ ਅੰਦੋਲਨ ਰਿਹਾ, ਬੇਰੁਜ਼ਗਾਰਾਂ ਦਾ ਅੰਦੋਲਨ ਰਿਹਾ, ਵਿਦਿਆਰਥੀਆਂ ਦਾ ਅੰਦੋਲਨ ਰਿਹਾ, ਪਰ ਇਹ ਮਾਨਸੇ ਦੇ ਮਸਲੇ 'ਚ ਵੱਖਰਾ ਕੀ ਤੁਹਾਨੂੰ ਜਾਪਦਾ, ਕੀ ਵਾਕਈ ਮੈਡੀਕਲ ਸਟੋਰਾਂ ਦੇ ਉੱਤੇ ਸ਼ਰੇਆਮ ਵਿਕਦੇ ਆ ਨਸ਼ੇ? ਦੇਖੋ, ਜਿੱਥੋਂ ਤੱਕ ਅਸੀਂ ਗੱਲ ਕਰੀਏ ਮਾਨਸਾ ਦੀ ਅਤੇ ਨਸ਼ਿਆਂ ਦੀ ਜਿਹੜੀ ਗੱਲ ਕਰੀਏ, ਜੇ ਅਸੀਂ ਨਸ਼ਿਆਂ ਦੀ ਗੱਲ ਕਰੀਏ, ਇਹ ਇਕੱਲੇ ਮਾਨਸਾ ਕੀ ਸਮੁੱਚੇ ਪੰਜਾਬ ਦੇ ਵਿੱਚ, ਸਮੁੱਚੇ ਹਿੰਦੁਸਤਾਨ ਦੇ ਵਿੱਚ ਵਿਸ਼ਵ ਪੱਧਰੀ ਜਿਹੜੀ ਹੈ ਬਹੁਤ ਵੱਡੀ ਸਮਾਜਿਕ ਇਹ ਲਾਨਤ ਹੈ, ਬਹੁਤ ਵੱਡਾ ਇਹ ਯਾਨੀ ਕਿ ਇੱਕ ਜਿਹੜਾ ਮਾਫੀਆ, ਇਸਦਾ ਇੰਟਰਨੈਸ਼ਨਲ ਮਾਰਕੀਟ ਨਾਲ ਅਸੀਂ ਸਮਝਦੇ ਹਾਂ ਵੀ ਇਹ ਸੰਬੰਧ ਹੈ, ਔਰ ਇਸੇ ਹੀ ਕਰਕੇ ਇਸ ਨੂੰ ਜਲਦੀ ਜਿਹੜੀ ਹੈ ਉਹ ਨੱਥ ਨਹੀਂ ਪਾਈ ਜਾ ਰਹੀ। ਜੇ ਅਸੀਂ ਸਾਰੇ ਕਮਿਸਟਾਂ ਦੀ ਗੱਲ ਕਰੀਏ, ਸਾਰੇ ਕਮਿਸਟ ਇਸ ਤਰ੍ਹਾਂ ਦਾ ਕੰਮ ਨਹੀਂ ਕਰਦੇ, ਕੁਝ ਲੋਕ ਨੇ ਜਿਹੜੇ ਕਹਿ ਲਓ ਤੁਸੀਂ ਲਾਲਚ ਦੇ ਵਿੱਚ ਆ ਕੇ ਜਿਹੜੇ ਇਸ ਤਰ੍ਹਾਂ ਦਾ ਮਾਨਵਤਾ ਨੂੰ ਖਤਮ ਕਰਨ ਦਾ ਜਿਹੜਾ ਇਹ ਕਾਰਜ ਹੈ ਉਹ ਕਰਦੇ ਆ। ਅਸੀਂ ਹਮੇਸ਼ਾ ਨਸ਼ਾ ਜਿਹੜਾ ਵੀ, ਚਾਹੇ ਬੇਸ਼ੱਕ ਸਾਡਾ ਕੋਈ ਡਾਕਟਰ ਵੇਚਦਾ, ਚਾਹੇ ਕਮਿਸਟ ਵਾਲਾ ਵੇਚਦਾ, ਹੋਲਸੇਲਰ ਵੇਚਦਾ ਜਾਂ ਕੋਈ ਹੋਰ ਵੇਚਦਾ, ਹਮੇਸ਼ਾ ਹੀ ਅਸੀਂ ਇਹਦੀ ਜਿਹੜੀ ਹੈਗੀ ਆ ਨਿਖੇਧੀ ਕੀਤੀ ਹੈ, ਔਰ ਅਸੀਂ ਇਹ ਮੰਗ ਕਰਦੇ ਹਾਂ ਜਿਹੜੇ ਨਸ਼ੇ ਦੇ ਸੌਦਾਗਰ ਨੇ ਉਹਨਾਂ ਦੇ ਉੱਤੇ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ, ਔਰ ਸਾਡੀ ਜਥੇਬੰਦੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਜਿਹੜੀ ਹੈ ਇਹੋ ਜਿਹੇ ਕਿਸੇ ਵੀ ਅੰਸਰ ਦੀ ਜਿਹੜੀ ਹੈ ਸਹਾਇਤਾ ਨਹੀਂ ਕਰਦੀ, ਕਿਸੇ ਵੀ ਇਹੋ ਜਿਹੇ ਅੰਸਰ ਦੇ ਨਾਲ ਨਹੀਂ ਖੜਦੀ ਜਿਹੜੀ ਇਹੋ ਜਿਹੇ ਗੈਰ ਸਮਾਜੀ ਜਿਹੜੇ ਹੈ ਉਹ ਕੰਮ ਕਰਦੀ ਹੈ। ਔਰ ਅਸੀਂ ਤਾਂ ਸਗੋਂ ਉੱਤੇ ਜਿਹੜੇ ਸਮੇਂ ਦੇ ਉੱਤੇ ਅਸੀਂ ਸੈਮੀਨਾਰ ਲਾਉਂਦੇ ਹਾਂ, ਅੱਜ ਵੀ ਸਾਡੀ ਇਸ ਨਸ਼ੇ ਦੇ ਵਿਰੋਧ ਦੇ ਵਿੱਚ ਚੱਲ ਰਹੀ ਅੱਜ ਦੀ ਇਸ ਲਹਿਰ ਦੇ ਵਿੱਚ, ਅੱਜ ਦੇ ਇਸ ਧਰਨੇ ਦੇ ਵਿੱਚ ਸਾਡੀ ਜਥੇਬੰਦੀ ਹੈ ਜਿਹੜੀ ਉਹ ਪੂਰੀ ਤਰ੍ਹਾਂ ਸ਼ਾਮਿਲ ਸੀ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਦ ਕਦੇ ਵੀ ਨਸ਼ਿਆਂ ਨੂੰ ਲੈ ਕੇ ਕੋਈ ਵੀ ਜਿਹੜਾ ਪ੍ਰੋਗਰਾਮ ਹੋਊਗਾ, ਕੋਈ ਵੀ ਜਿਹੜਾ ਧਰਨਾ ਹੋਊਗਾ, ਕੋਈ ਵੀ ਸੰਘਰਸ਼ ਜਿਹੜਾ ਵਿੱਢਿਆ ਜਾਊਗਾ, ਸਾਡੀ ਜਥੇਬੰਦੀ ਉਹਦੇ
ਦੇ ਵਿੱਚ ਤਨ ਮਨ ਤੇ ਦੀ ਭੂਮਿਕਾ ਤਾਂ ਦੱਸ ਦਿੱਤੀ ਕੀ ਨਿਭਾਉਣੀ ਹੈ ਪਰ ਓਵਰਆਲ ਇਸ ਇਸ਼ੂ ਦੇ ਉੱਤੇ ਤੁਸੀਂ ਕੀ ਸਮਝਦੇ ਹੋ ਕਿ ਵਾਕਈ ਧੜਾ ਧੜ ਜਿਹੜਾ ਨਸ਼ੇ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਪੁਲਿਸ ਉਸ ਨੂੰ ਦਬਲ ਲੈਂਦੀ ਹੈ ਦਬੋਚ ਲੈਂਦੀ ਹੈ ਜਾਂ ਕਈ ਥਾਵਾਂ ਦੇ ਉੱਤੇ ਪੁਲਿਸ ਕੰਮ ਵੀ ਕਰਦੀ ਹੈ ਦੇਖੋ ਇਸ ਤਰ੍ਹਾਂ ਦਾ ਹੈਗਾ ਜਿੱਦਾਂ ਅਸੀਂ ਇੱਥੋਂ ਦੇ ਮਸਲੇ ਦੇ ਉੱਤੇ ਜੇ ਗੱਲ ਕਰੀਏ ਕਿਉਂਕਿ ਇਹ ਮਸਲਾ ਕੋਈ ਅੱਜ ਦਾ ਸ਼ੁਰੂ ਨਹੀਂ ਹੋਇਆ ਅੱਜ ਤੋਂ 2.5-3 ਮਹੀਨੇ ਪਹਿਲਾਂ ਤੋਂ ਜਦ ਤੋਂ ਪਰਮਿੰਦਰ ਝੋਟੇ ਹੋਣਾਂ ਨੇ ਇਹ ਕੰਮ ਸ਼ੁਰੂ ਕੀਤਾ ਉਹ ਨੌਜਵਾਨ ਖੁਦ ਵੀ ਇਹ ਮੰਨਦਾ ਕਿ ਮੈਂ ਇਸ ਨਸ਼ੇ ਦੇ ਵਿੱਚ ਗ੍ਰਸਤ ਸੀ ਮੈਨੂੰ ਪਤਾ ਲੱਗਿਆ ਕਿ ਨਸ਼ੇੜੀਆਂ ਦੀ ਪੀੜਾ ਕੀ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਜਿਹੜਾ ਹੈਗਾ ਹਰ ਤਰ੍ਹਾਂ ਦਾ ਸ਼ੋਸ਼ਣ ਜਿਹੜਾ ਹੁੰਦਾ ਹੈਗਾ ਉਸ ਨੂੰ ਇਸ ਪੀੜਾ ਨੂੰ ਸਮਝ ਕੇ ਇਸ ਬੀੜੇ ਨੂੰ ਅੱਗੋਂ ਵਧਾਇਆ ਅੱਗੋਂ ਚੱਕਿਆ ਉਹ ਇੱਕ ਕਹਿ ਲਓ ਤੁਸੀਂ ਇੱਕ ਖਿਡਾਰੀ ਹੈ ਚੰਗਾ ਖਿਡਾਰੀ ਹੈ ਚੰਗਾ ਕੋਚ ਦੇ ਤੌਰ ਦੇ ਉੱਤੇ ਉਹ ਆਪਣੀ ਭੂਮਿਕਾ ਜਿਹੜੀ ਹੈ ਉਸ ਨੇ ਨਿਭਾਈ ਹੈ ਇੱਥੇ ਮਸਲਾ ਜਿਹੜਾ ਉੱਠਿਆ ਇਸ ਦੇ ਲਈ ਉੱਠਿਆ ਕਿ ਅਪਮਾਨਿਤ ਕੀਤਾ ਜਾਂਦਾ ਜਿਹੜੇ ਨਸ਼ੇ ਨਸ਼ਾ ਵੇਚਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਅਪਮਾਨਿਤ ਕੀਤਾ ਜਾਂਦਾ ਇਸ ਤਰ੍ਹਾਂ ਦੀ ਜਿਹੜੀ ਹੈ ਗੱਲ ਕੀਤੀ ਗਈ ਹੈ ਇਸ ਵਿਸ਼ੇ 'ਤੇ ਅਸੀਂ ਇਹ ਕਹਾਂਗੇ ਜੇ ਅੱਜ ਇੱਥੇ ਐਡਾ ਵੱਡਾ ਧਰਨਾ ਲਾਉਣ ਦੀ ਲੋੜ ਤਾਂ ਪਈ ਹੈ ਜੇ ਪੁਲਿਸ ਪ੍ਰਸ਼ਾਸਨ ਹੈਲਥ ਡਿਪਾਰਟਮੈਂਟ ਹੋਰ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਜੇਕਰ ਉਹਨਾਂ ਨੇ ਇਸ ਗੱਲ ਨੂੰ ਨੱਥ ਨਹੀਂ ਪਾਈ ਤਾਂ ਮਤਲਬ ਤਾਂ ਹੀ ਅੱਜ ਐਡੇ ਵੱਡੇ ਧਰਨੇ ਐਡੇ ਵੱਡੇ ਲੋਕਾਂ ਦੇ ਇਕੱਠ ਜਿਹੜੇ ਹੈ ਹੋ ਰਹੇ ਆ ਔਰ ਮੈਂ ਤੁਹਾਡੇ ਜ਼ਰੀਏ ਸੁਨੇਹਾ ਦੇਣਾ ਚਾਹੁੰਦਾ ਸਰਕਾਰ ਨੂੰ ਕਿ ਜੇਕਰ ਸਰਕਾਰ ਨੇ ਇਸ ਨੂੰ ਸਮਾਂ ਰਹਿੰਦਿਆਂ ਜਿਹੜੀ ਹੈਗੀ ਨੱਥ ਨਾ ਪਾਈ ਜਿਸ ਤਰ੍ਹਾਂ ਅਕਾਲੀ ਸਰਕਾਰ ਇਹ ਨਸ਼ੇ ਦੇ ਮੁੱਦੇ 'ਤੇ ਗਈ ਔਰ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਜਿਹੜੀ ਨਸ਼ੇ ਦੇ ਮੁੱਦੇ 'ਤੇ ਗਈ ਅਤੇ ਆਉਣ ਵਾਲੇ ਦਿਨ ਜਿਹੜੇ ਹੈ ਸਿਆਸੀ ਜਿਹੜਾ ਭਵਿੱਖ ਹੈ ਆਮ ਆਦਮੀ ਪਾਰਟੀ ਦਾ ਵੀ ਬਿਹਤਰ ਨਹੀਂ ਹੋਊਗਾ ਜੇਕਰ ਸਮਾਂ ਰਹਿੰਦਿਆਂ ਪੰਜਾਬ ਸਰਕਾਰ ਨੇ ਇਸ ਦੇ ਉੱਤੇ ਨੱਥ ਨਾ ਪਾਈ ਔਰ ਜਿਹੜੇ ਲੋਕ ਦੋਸ਼ੀ ਹੈ ਉਹਨਾਂ ਦੋਸ਼ੀ ਲੋਕਾਂ ਨੂੰ ਜਿਹੜੀ ਹੈ ਸਜ਼ਾਵਾਂ ਨਾ ਦਿੱਤੀਆਂ ਉਹਨਾਂ 'ਤੇ ਬਣਦੀ ਜਿਹੜੀ ਕਾਰਵਾਈ ਹੈ ਉਹ ਨਾ ਕੀਤੀ ਇੱਕ ਅਹਿਮ ਸਵਾਲ ਇਹ ਹੈ ਕਿ ਢਾਂਚੇ ਵਿੱਚ ਕਮੀ ਹੈ ਡਰੱਗ ਇੰਸਪੈਕਟਰ ਘੱਟ ਨੇ ਹੋਰ ਢਾਂਚੇ 'ਚ ਕਮੀ ਹੈ ਇਸ ਕਰਕੇ ਨਸ਼ੇ ਦਾ ਬੋਲਬਾਲਾ ਜਾਂ ਨੀਅਤ ਨੀਤੀ ਦੇ ਵਿੱਚ ਫਰਕ ਜਾਪਦਾ ਤੁਹਾਨੂੰ ਦੇਖੋ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਕਿ ਇਹ ਜਿਹੜਾ ਮਾਫੀਆ ਇਹ ਛੋਟਾ ਨਹੀਂ ਹੈ ਇਹਦਾ ਇੰਟਰਨੈਸ਼ਨਲ ਮਾਰਕੀਟ ਨਾਲ ਸੰਬੰਧ ਹੈ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਮਾਫੀਆ ਜਿਹੜਾ ਹੈਗਾ ਇਹਦੇ 'ਚ ਲਿਪਤ ਹੈ ਔਰ ਉਸ ਦੇ ਨਾਲੋਂ ਨਾਲ ਜਿਹੜੀ ਹੈ ਸਰਕਾਰਾਂ ਨੂੰ ਇਸ ਗੱਲ ਦਾ ਚਾਹੀਦਾ ਹੈਗਾ ਕਿ ਇਹੋ ਜਿਹੜੇ ਡਰੱਗਜ਼ ਨੇ ਜਿਹੜੇ ਡਰੱਗਜ਼ ਜਿੱਦਾਂ ਅਸੀਂ ਸਿਗਨੇਚਰ ਦੀ ਗੱਲ ਕਰੀਏ ਪੈਰਾਗੈਬਲਿਨ ਦੀ ਗੱਲ ਕਰੀਏ 75 mg 150 mg ਅਤੇ 300 mg ਦੇ ਜਿਹੜੇ ਨਸ਼ੇ ਨੇ ਇਹ ਜਿਹੜੇ 300 mg ਦੇ ਨਸ਼ੇ ਨੇ ਇਹਨਾਂ 300 mg ਦੇ ਜਿਹੜੇ ਨਸ਼ੇ ਹੈ ਇਹਨਾਂ ਦੀ ਆਮ ਪ੍ਰਿਸਕ੍ਰਿਪਸ਼ਨ ਜਿਹੜੀ ਹੈ ਡਾਕਟਰਾਂ ਵੱਲੋਂ ਨਹੀਂ ਹੁੰਦੀ ਇਸ ਕਰਕੇ ਮੈਂ ਸਮਝਦਾ ਵੀ ਸਰਕਾਰ ਨੂੰ ਵਿਧਾਨ ਸਭਾ ਦੇ ਵਿੱਚ ਵੀ ਇਸ ਗੱਲ ਨੂੰ ਵਿਚਾਰ ਲੈਣਾ ਚਾਹੀਦਾ ਕਿ ਇਹੋ ਜਿਹੇ ਨਸ਼ਿਆਂ ਦੀ ਜਿਹੜੀ 300 mg ਦੀ ਕੈਪਸੂਲ ਆ ਰਹੇ ਨੇ ਇਹਨਾਂ ਦੇ ਉੱਤੇ ਕੋਈ ਆਰਡੀਨੈਂਸ ਜਾਰੀ ਕਰਕੇ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਟਰਾਮਾ ਡੋਲ ਅਤੇ ਹੋਰ ਉਹੋ ਜਿਹੇ ਨਸ਼ਿਆਂ ਦੇ ਉੱਤੇ ਪਾਬੰਦੀ ਲਾਈ ਹੈ ਤਾਂ ਇਸ ਦੇ ਉੱਤੇ ਵੀ ਪਾਬੰਦੀ ਜਿਹੜੀ ਹੈ ਲਾਉਣੀ ਚਾਹੀਦੀ ਹੈ ਕਿਉਂਕਿ ਇਹ ਨਾਰਕੋਟਿਕ ਡਰੱਗਸ ਤੋਂ ਵੀ ਬਾਹਰ ਹੈ ਇਸ ਕਰਕੇ ਕਾਫੀ ਹੈਲਪ ਜਿਹੜੀ ਹੈ ਮਿਲ ਸਕਦੀ ਹੈ ਔਰ ਮੈਂ ਸਮੁੱਚੇ ਵਰਗ ਨੂੰ ਸਮੁੱਚੇ ਸਾਡੇ ਪ੍ਰੈਕਟੀਸ਼ਨਰ ਭਰਾਵਾਂ ਨੂੰ ਵੀ ਸਮੁੱਚੇ ਕੈਮਿਸਟ ਭਰਾਵਾਂ ਨੂੰ ਹੋਲਸੇਲਰ ਭਰਾਵਾਂ ਨੂੰ ਇਹ ਬੇਨਤੀ ਵੀ ਕਰਨੀ ਚਾਹੂੰਗਾ ਸਾਡੀ ਜਥੇਬੰਦੀ ਵੱਲੋਂ ਵੀ ਔਰ ਸਾਂਝੀ ਐਕਸ਼ਨ ਕਮੇਟੀ ਵੱਲੋਂ ਵੀ ਇਹ ਬੇਨਤੀ ਕਰਨੀ ਚਾਹੂੰਗਾ ਵੀ ਜਿਹੜੇ ਸਮਾਜ ਵਿਰੋਧੀ ਲੋਕ ਨੇ ਜਿਹੜੇ ਇਹੋ ਜਿਹੇ ਅੰਸਰ ਨੇ ਜਿਹੜੇ ਅੰਸਰ ਲਗਾਤਾਰ ਜਿਹੜੇ ਮਤਲਬ ਇੱਕ ਲਾਲਚ ਬਸ ਉਹਨਾਂ ਦੀਆਂ ਜਿਹੜੀਆਂ ਜਥੇਬੰਦੀਆਂ ਬਣੀਆਂ ਯੂਨੀਅਨਾਂ ਬਣੀਆਂ ਐਸੋਸੀਏਸ਼ਨਾਂ ਬਣੀਆਂ ਉਹਨਾਂ ਦੇ ਕਾਇਦੇ ਕਾਨੂੰਨਾਂ ਦੀ ਉਲੰਘਣਾ ਕਰਦੀਆਂ ਤਾਂ ਉਸ ਨੂੰ ਮੈਂ ਸਮਝਦਾ ਜਨਤਕ ਉਹਨਾਂ ਨੂੰ ਕਰਨਾ ਚਾਹੀਦਾ ਔਰ ਇੱਕ ਜ਼ਾਬਤੇ ਦੀ ਜਿਹੜੀ ਕਾਰਵਾਈ ਹੈ ਉਹ ਉਹਨਾਂ ਦੇ ਉੱਤੇ ਕਰਨੀ ਚਾਹੀਦੀ ਹੈ ਕਿਉਂਕਿ ਸਾਰੇ ਜਿਹੜੇ ਲੋਕ ਨੇ ਕੈਮਿਸਟ ਇਸ ਤਰ੍ਹਾਂ ਦੇ ਲੋਕ ਨਹੀਂ ਕਿ ਉਹ ਗਲਤ ਕੰਮ ਕਰਦੇ ਹੋਣ ਨਸ਼ੇ ਵੇਚਦੇ ਹੋਣ ਵੱਡੀ ਗਿਣਤੀ ਜਿਹੜੇ ਕੈਮਿਸਟ ਨੇ ਉਹ ਠੀਕ ਤਰੀਕੇ ਨਾਲ ਚੰਗਾ ਕੰਮ ਕਰਦੇ ਆ ਔਰ ਅੱਜ ਤਜਰਬੇ 'ਚ ਦੱਸਿਆ ਕਿ ਕਿਹੜੇ ਕੰਮ ਠੀਕ ਕਰਦੇ ਆ ਕਿਹੜੇ ਗਲਤ ਇੱਕ ਜਿਹੜੇ ਮੈਡੀਕਲ ਸਟੋਰ ਵਾਲੇ ਮਾਲਕ ਦਾ ਨਾਮ ਆਇਆ ਜਿਸ ਨੂੰ ਪਰਮਿੰਦਰ ਝੋਟੇ ਨੇ ਹਾਰ ਪਵਾ ਕੇ ਘੁਮਾਇਆ ਬਾਜ਼ਾਰ ਦੇ ਵਿੱਚ ਕਹਿੰਦੇ ਪੁਲਿਸ ਵਾਲੇ ਉਹਦੀ ਬੇਇੱਜ਼ਤੀ ਕੀਤੀ ਗਈ ਤੁਸੀਂ ਤਾਂ ਵਿਚਰਦੇ ਰਹੇ ਹੋ ਇਸ ਇਲਾਕੇ 'ਚ ਉਸ ਮੈਡੀਕਲ ਸਟੋਰ ਵਾਲੇ ਦਾ ਤੁਸੀਂ ਕੀ ਵੇਖਦੇ ਹੋ ਕਿ ਉਹਦੀ ਭੂਮਿਕਾ ਵਾਕਈ ਨਸ਼ੇ ਵਿਕਾਉਣ 'ਚ ਰਹੀ ਹੈ ਜਾਂ ਫਿਰ ਉਹ ਸਾਧ ਬੰਦਾ ਸੀ ਦੇਖੋ ਅਸੀਂ ਜੇ ਕਿਸੇ ਨੂੰ ਕਲੀਨ ਚਿੱਟ ਦਈਏ ਕਲੀਨ ਚਿੱਟ ਦੇਣਾ ਸਾਡੇ ਲਈ ਇਹ ਬਿਹਤਰ ਨਹੀਂ ਕਿਉਂਕਿ ਅਸੀਂ ਨੇੜੇ ਤੋਂ ਇੰਨਾ ਨਹੀਂ ਵੇਖਿਆ ਪਰ ਜੋ ਸੁਣਨ ਦੇ ਵਿੱਚ ਆਇਆ ਤਾਂ ਉਹ ਜ਼ਰੂਰ ਇਸ ਲਈ ਕਸੂਰਵਾਰ ਹੈ ਬਹੁਤ ਸ਼ੁਕਰੀਆ ਜੀ ਇਸ ਹਨ ਸਾਡੇ ਨਾਲ ਡਾਕਟਰ ਧਨਮਾਲ ਗੋਇਲ ਜਿਨ੍ਹਾਂ ਨੇ ਇਹ ਸਾਰੀ ਗੱਲਬਾਤ ਕੀਤੀ ਔਰ ਜਿਹੜੇ ਮਸਲਿਆਂ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ ਡਰੱਗ ਇੰਸਪੈਕਟਰ ਹੋਣ ਜਾਂ ਪੁਲਿਸ ਦੀ ਜ਼ਿੰਮੇਵਾਰੀ ਹੈ ਜਾਂ ਫਿਰ ਸਰਕਾਰ ਦੀ ਜ਼ਿੰਮੇਵਾਰੀ ਹੈ ਜਾਂ ਲੋਕਾਂ ਦੀ ਭੂਮਿਕਾ ਕੀ ਬਣਦੀ ਹੈ ਸਾਰੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਮੈਡੀਕਲ ਲਾਈਨ ਵਾਲੇ ਡਾਕਟਰ ਹੋਣ ਚਾਹੇ ਉਹ ਕੈਮਿਸਟ ਨੇ ਚਾਹੇ ਕੋਈ ਹੋਰ ਨੇ ਉਹਨਾਂ ਦੀ ਸਾਰਿਆਂ ਦੀ ਭੂਮਿਕਾ ਵੀ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਉਹਨਾਂ ਨੇ ਇਹ ਸਾਰੇ ਕਾਸੇ ਦੇ ਵਿੱਚ ਕਿੰਨਾ ਕੋਈ ਯੋਗਦਾਨ ਪਾਇਆ ਜਾਂ ਕਿੰਨੀ ਕੋਈ ਢਾਹ ਲਾਈ ਹੈ ਇਹ ਸਾਰੀਆਂ ਗੱਲਾਂ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ ABC ਪੰਜਾਬ ਮਾਨਸਾ